ਜੀ ਬਈ ਗੋਲਡੀ ਬਰਾਡ ਫੜਿਆ ਗਿਆ ਹੈ ਤੇ ਬੋਤਿਆਂ ਨੇ ਤਾਂ ਇਹੀ ਕਿਹਾ ਸੀ ਵੀ ਜੀ ਗੋਲਡੀ ਬਰਾਡ ਜੋਗਾ ਉਹ ਪੰਜਾਬ ਪੁਲਿਸ ਨੇ ਕਰੇ ਉੱਥੋਂ ਫੜ ਕੇ ਲੈ ਆਣਾ ਵੀ ਕੋਈ ਇਹ ਅਮਰੀਕਾ ਆ ਕੋਈ ਦੂਜਾ ਥੋੜਾ ਆ ਵੀ ਪੰਜਾਬ ਆ ਜਾਂ ਇੰਡੀਆ ਦੀ ਪੁਲਿਸ ਵੀ ਜਿਹਨੂੰ ਮਰਜ਼ੀ ਧੱਕੇ ਨਾਲ ਫੜ ਲਿਆ ਦੂਸਰੇ ਨੰਬਰ ਤੇ ਇਹ ਆ ਵੀ ਉਦੋਂ ਹੀ ਮਾਰ ਮਾਰੀ ਜਾਂਦੇ ਸੀ ਜੀ ਕੈਲੀਫੋਰਨੀਆ ਦੀ ਪੁਲਿਸ ਨੇ ਫੜ ਲਿਆ ਕੋਈ ਕੋਈ ਕੈਲੀਫੋਰਨੀਆ ਪੁਲਿਸ ਹੀ ਹੈ ਨਹੀਂ ਸੋ ਆਪਾਂ ਵੀ ਉਹ ਸਾਰੇ ਪਾਸੇ ਚੈੱਕ ਕੀਤਾ ਜੀ ਲਗਭਗ ਹਰ ਇੱਕ ਕਾਉਂਟੀ ਦੀ ਜੋ ਸ਼ੈਰਫ ਡਿਪਾਰਟਮੈਂਟ ਆ ਲੋਕਲ ਸਿਟੀ ਦੀ ਪੁਲਿਸ ਆ ਯੂਐਸਸੀਆਈਐਸ ਜਾਂ ਕੋਈ ਐਫਬੀਆਈ ਦੀ ਜਿਹੜੀ ਉਹਨਾਂ ਦੀ ਲਿਸਟ ਹੁੰਦੀ ਹੈਗੀ ਆ ਮੋਸਟ ਵਾਂਟਡ ਦੇ ਵਿੱਚ ਤੇ ਕਿਤੇ ਵੀ ਕੋਈ ਇਦਾਂ ਦੀ ਗੱਲਬਾਤ ਨਹੀਂ ਸੀਗੀ ਹੁਣ ਕੱਲ ਫੇਰ ਗੋਲਦੀ ਬਰਾੜ ਹੁਣੀ ਖੋਜ ਆਪਈ ਆਪਣੀ YouTube 'ਤੇ ਪੇਸ਼ ਕਰਦਾ ਮੈਂ ਤਾਂ ਬੜਾ ਸੋਣਾ ਬਾਹਰ ਆ ਠੀਕ ਆ ਮੈਨੂੰ ਕਿਸੇ ਨੇ ਫੜਿਆ ਨਹੀਂ ਹੁਣ ਇਹ ਇੱਕ ਤਰ੍ਹਾਂ ਦੇ ਨਾਲ ਸਲੈਪ ਆ ਉਹਨਾਂ ਦੇ ਫੇਸ ਦੇ ਉੱਤੇ ਪੇ ਉਹ মিডিਆ ਵੀ ਜਿਹੜੇ ਨਾ ਆਪਾਂ ਵੀ ਸਾਰੇ ਦੇਖਦੇ ਰਹਿੰਦੇ ਪਤਾ ਨਹੀਂ ਕੀ ਹੋ ਗਿਆ মিডিਆ ਨੇ ਆ ਕਰਤਾ ਉਹ ਕਰਤਾ ਜਿਹੜੀ ਝੂਠੀ ਖਬਰ ਫਲਾ ਕੇ ਹੁਣ ਦੇਖੋ ਪੇ ਦੀਪ ਸਿੱਧੂ ਦੇ ਜਿਹੜੇ ਪੇਰੈਂਟਸ ਆ ਉਹਨਾਂ ਦੇ ਜਿੱਦਾਂ जख्मਾਂ ਤੇ ਲੂਣ ਛਿੜਕਣ ਵਾਲੀ ਗੱਲ ਆ ਇੱਕ ਤਾਂ ਉਹ ਇੱਕ ਪਾਸੇ ਮਾਪੇ ਜਿਹੜੇ ਆ ਵਿਚਾਰੇ ਆਪਣਾ ਜਿਹੜਾ ਇਨਸਾਫ ਭਾਲਦੇ ਆ ਦੂਜਿਆਂ ਤੁਸੀਂ ਝੂਠੀ ਖਬਰ ਦੇ ਕੇ ਅਗਲਿਆਂ ਨੂੰ ਥੋੜਾ ਬਹੁਤਾ ਦਲਾਸਾ ਹੁੰਦਾ ਵੀ ਸ਼ਾਇਦ ਜਿਹੜੇ ਕਾਤਲ ਆ ਉਹਨਾਂ ਦੇ ਪੁੱਤਰ ਦੇ ਉਹ ਪੜੇ ਗਏ ਆ ਤੇ ਆ ਜਾਣਗੇ ਉਹਨਾਂ ਨੂੰ ਸਜ਼ਾ ਮਿਲੂਗੀ ਸੋ ਇਹ ਮੈਨੂੰ ਲੱਗਦਾ ਵੀ ਜਿੰਨੇ ਵੀ ਮੀਡੀਆ ਜਿਨ੍ਹਾਂ ਨੇ ਝੂਠੀਆਂ ਖਬਰਾਂ ਭਲਾਈਆਂ ਉਹਨਾਂ ਸਾਰਿਆਂ ਨੂੰ ਖਾਸ ਕਰਕੇ ਜਿਹੜਾ ਸਿੱਧੂ ਮੂਸੇ ਵਾਲਾ ਉਹਦੇ ਪੇਰੈਂਟਸ ਤੋਂ ਮਾਫੀ ਮੰਗਣੀ ਚਾਹੀਦੀ ਆ ਬਿਲਕੁਲ ਦੇਖੋ ਹਰਜੋਤ ਸਿੰਘ ਜੀ ਉਸ ਤੋਂ ਇੱਕ ਦਿਨ ਪਹਿਲਾਂ ਸਿੱਧੂ ਮੂਸੇ ਵਾਲੇ ਦਾ ਪਿਤਾ ਐਲਾਨ ਕਰਦਾ ਵੀ 2 ਕਰੋੜ ਤੱਕ ਦਾ ਇਨਾਮ ਜਿਹੜਾ ਉਹ ਦੇਣ ਦੇ ਲਈ ਆ ਕਹਿੰਦੇ ਵੀ ਜਿਹੜਾ ਖਰਚਾ ਹੋਊਗਾ ਜੇ ਐਕਸਟ੍ਰੈਡੀਸ਼ਨ ਦੇ ਵਿੱਚ ਉਹ ਆਪ ਕਰਨ ਨੂੰ ਜਿਹੜਾ ਉਹ ਤਿਆਰ ਆ ਉਸ ਤੋਂ ਬਾਅਦ ਦੇ ਵਿੱਚ ਕਿ ਜਿਹੜਾ ਪੱਤਰਕਾਰ ਆ ਉਹ ਕਹਿੰਦਾ ਜੀ ਇੰਨੀ ਤਰੀਕ ਨੂੰ ਕਹਿੰਦਾ ਜੀ ਮੇਰੇ ਕੋਲ ਪਹਿਲੀ ਰਿਪੋਰਟ ਪਹੁੰਚ ਗਈ ਤੇ ਇੰਨੀ ਤਰੀਕ ਨੂੰ ਫੜਿਆ ਗਿਆ ਬਾਅਦ ਚ ਉਹਦੇ ਨਾਲ ਹੀ ਇੰਟਰਵਿਊ ਦੇ ਵਿੱਚ ਦੱਸ ਰਿਹਾ ਕਹਿੰਦਾ ਮੈਂ ਤਾਂ ਹੈ ਹੀ ਨਹੀਂ ਉੱਥੇ ਅਸੀਂ ਵੀ ਕਿਉਂਕਿ ਪੂਰੇ ਕੈਲੀਫੋਰਨੀਆ ਦੇ ਵਿੱਚ ਭਜੜੜ ਮਚ ਗਈ ਸਾਰੇ ਜਾਣੇ 골ਡੀ ਬਰਾਡ ਨੂੰ ਲੱਭਣ ਲੱਗ ਗਏ ਸਤਿੰਦਰਜੀਤ ਸਿੰਘ ਬਰਾਡ ਨੂੰ ਲੱਭਣ ਲੱਗ ਗਏ ਕਿੱਥੇ ਆ ਕਿਤੇ ਕੁਝ ਉਹਦਾ ਕੋਈ ਪਤਾ ਲੱਗੇ ਕਿਸੇ ਪਾਸੇ ਵੀ ਕੋਈ ਜਿਹੜੀ ਖਬਰ ਆ ਉਹ ਨਹੀਂ ਆਈ ਫਿਰ ਉੱਥੇ ਡਿਟੇਨ ਕੀ ਹੁੰਦਾ ਕੋਈ FBI ਆਖੀ ਜਾਂਦਾ ਸੀ ਕੋਈ ਕੋਈ ਫ੍ਰੀਜ ਨੂੰ ਆਖੀ ਜਾਂਦਾ ਕੋਈ ਫ੍ਰੀਜ਼ ਨੂੰ ਆਖੀ ਜਾਂਦਾ ਸੀਗਾ ਕੋਈ ਸਾਲਟ ਲੇਗ ਸਿਟੀ ਆਖੀ ਜਾਂਦਾ ਸੀਗਾ ਕੋਈ ਆਖੀ ਜਾਂਦਾ ਸੀ ਸੈਕਰਮੈਂਟੋ ਫਿਰ ਕਹਿੰਦੇ ਸਿਆਟਲ ਦੇ ਲਾਗੋ ਸੋ ਪੂਰੇ ਮੁਲਕ ਭਰ ਦੇ ਵਿੱਚ ਜਿੱਦਾਂ ਇਦਾਂ ਇਦਾਂ ਲੱਗਦਾ ਸੀਗਾ ਵੀ ਗੋਲਡੀ ਬਰਾੜ ਫੈਲੇ ਆ ਪਿਆ ਆ ਤੇ ਉਹ ਕਿਹੜੀਆਂ ਨੇ ਖੂਫੀਆ ਗੁਫਾਵਾਂ ਜਿਹੜੀਆਂ ਬਣਾਈਆਂ ਕਦੇ ਇਧਰੋਂ ਉਧਰੋਂ ਉਧਰੋਂ ਇਧਰ ਭੱਜਾ ਫਿਰਦਾ ਆ ਤੇ ਇਦਾਂ ਜਿਹੜਾ ਉਹ ਹੋਇਆ ਪਰ ਹੁਣ ਉਹ ਚੀਜ਼ ਜਿਹੜੀ ਹਰਜੋਤ ਸਿੰਘ ਦੀ ਸਾਹਮਣੇ ਆਈ ਏ ਇਹ ਬੜੀ ਮਾੜੀ ਗੱਲ ਆ ਇਸ ਦੀ ਜਾਂਚ ਇਸ ਲਈ ਹੋਣੀ ਚਾਹੀਦੀ ਹੈ ਵੀ ਗਲਤ ਖਬਰ ਫਲਾਈ ਕਿੰਨੇ ਆ ਕਿਉਂਕਿ ਦੇਖੋ ਜਿੱਦਾਂ ਤੁਸੀਂ ਕਿਹਾ ਇਹੀ ਨਹੀਂ ਹੁਣ ਤੁਸੀਂ ਦੇਖੋ ਵੀ ਮੁੱਖ ਮੰਤਰੀ ਦੇ ਮੂੰਹੋਂ ਬਿਆਨ ਦਵਾਤਾ ਹਰ ਜੋ ਚੰਗੀ ਤੁਸੀਂ ਦੇਖੋ ਵੀ ਉਹ ਉੱਥੇ ਇਲੈਕਸ਼ਨ ਦੇ ਵਿੱਚ ਗਿਆ ਮੁੱਖ ਮੰਤਰੀ ਬਿਆਨ ਦੇ ਗਿਆ ਹੁਣ ਇਹ ਨਹੀਂ ਸਮਝ ਆ ਰਹੀ ਵੀ ਭਗਵੰਤ ਮਾਨ ਨੇ ਕਿਹਦੇ ਕਹਿਣ ਦੇ ਉੱਤੇ ਇਹ ਜਿਹੜਾ ਬਿਆਨ ਦਿੱਤਾ ਉਹਦੇ ਪਿੱਛੇ ਉਹਨੂੰ ਉਹਦੇ ਕੋਲ ਕਿਹੜਾ ਜਿਹੜਾ ਅਸਲੀ ਅਫੀਸ਼ੀਅਲ ਕਿਹੜੀ ਚੀਜ਼ ਸੀਗੀ ਜਿਹਦੇ ਆਧਾਰ ਦੇ ਉੱਤੇ ਉਸਨੇ ਜਿਹੜਾ ਉਹ ਬਿਆਨ ਦਿੱਤਾ ਕਿ ਇੱਕ ਸਾਜ਼ਿਸ਼ਾ ਭਗਵੰਤ ਮਾਨ ਨੂੰ ਪੰਜਾਬ ਚ ਨੁਕਰੇ ਕਰਨ ਦੇ ਵੀ ਚਲੋ ਆ ਕੋਈ ਹੋਰ ਕੰਟਰੋਲ ਕਰਨਾ ਚਾਹੁੰਦਾ ਹੈ ਤੇ ਇਹਨੂੰ ਕਹਿੰਦੇ ਵੀ ਲਾਂਬੇ ਕਰੋ ਵੀ ਇਹਨੂੰ ਤੇ ਇਹ ਨਹੀਂ ਪਤਾ ਵੀ ਕੋਈ ਬੰਦਾ ਫੜਿਆ ਹੈ ਕਿ ਨਹੀਂ ਫੜਿਆ ਹੈਗਾ ਉਸੇ ਹੀ ਇਸ ਟਾਈਮ ਤਾਣਾ ਜਿਹੜਾ ਓੜੀ ਤਰ੍ਹਾਂ ਜਿਹੜਾ ਹਰਜੋਤ ਸਿੰਘ ਜੀ ਉਲਝਿਆ ਪਿਆ ਹੈ ਤੇ ਲੋਕ ਆਸਵੰਦ ਹੋ ਗਏ ਸੀਗੇ ਇੱਕ ਟਾਈਮ ਦੇ ਉੱਤੇ ਵੀ ਸ਼ਾਇਦ ਸਿੱਧੂ ਮੂਸੇਵਾਲੇ ਦੇ ਜਿਹੜੇ ਕਾਤਲ ਦੇ ਸਾਜ਼ਿਸ਼ਕਰ ਹੈ ਉਸ ਨੂੰ ਜਿਹੜਾ ਉਹ ਫੜ ਲਿਆ ਗਿਆ ਆ ਤੇ ਕਿਤੇ ਇਨਸਾਫ ਦੀ ਉਮੀਦ ਜਾ ਕੀ ਆ ਪਰ ਇਹ ਤਾਂ ਕੋਝਾ ਮਜ਼ਾਕ ਜਿਹੜਾ ਉਹ ਪਰਿਵਾਰ ਦੇ ਨਾਲ ਜਿਹੜਾ ਉਹ ਹੋਇਆ ਇੱਕ ਆਸ ਦੀ ਉਮੀਦ ਬਨ ਕੇ ਜਿਹੜੀ ਉਹ ਫੇਰ ਦੇ ਫੇਰ ਜਿਹੜੀ ਉਹ ਤੋੜ ਦਿੱਤੀ ਗਈ ਆ ਸੋ ਇਹ ਜ਼ਰੂਰ ਇਹ ਚਾਹੀਦਾ ਵੀ ਜਿਨ੍ਹਾਂ ਨੇ ਇਹ ਖਬਰਾਂ ਜਿਹੜੀਆਂ ਉਹ ਫਲਾਈਆਂ ਜਿਨ੍ਹਾਂ ਨੇ ਇਹ ਚੀਜ਼ ਆਖੀ ਇੱਥੇ ਫੜਿਆ ਗਿਆ ਉੱਥੇ ਫੜਿਆ ਗਿਆ ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਵੀ ਖਬਰ ਚੱਲੀ ਆ ਤੇ ਚੱਲੀ ਕਿਦਾਂ ਕਿੱਥੋਂ ਇਹ ਜਿਹੜੇ ਕਿਹੜੇ ਇਹ ਐਡੇ ਜਿਹੜੇ ਖੂਪੀਆ ਸੂਤਰ ਇਹਨਾਂ ਦੇ ਜਿਹੜੇ ਮਿਲੇ ਫਿਰਦੇ ਆ ਵੀ ਉਹ ਕਿੰਨ ਕਿੱਥੋਂ ਆਏ ਆ ਇਹ ਕਿਦਾਂ ਜਿਹੜਾ ਉਹ ਹੋਇਆ ਆ ਤੁਸੀਂ ਉਸ ਪਰਿਵਾਰ ਦੇ ਬਲਕੌਰ ਸਿੰਘ ਹੁਣਾਂ ਦੇ ਉਹਨਾਂ ਦੀ ਪਤਨੀ ਦੇ ਉਸ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਪੈਰਾਂ 'ਚ ਖੜ ਕੇ ਦੇਖੋ ਉਹਨਾਂ ਦੀ ਥਾਂ ਤੇ ਖੜ ਕੇ ਦੇਖੋ ਵੀ ਕੀ ਉਹਨਾਂ ਦੇ ਦਿਲ ਦੇ ਉੱਤੇ ਇਸ ਟਾਈਮ ਵੀ ਤਰੀ ਹੋਊਗੀ ਜਦੋਂ ਦੁਬਾਰਾ ਆਪ ਜਿਹੜਾ ਉਹ ਇੰਟਰਵਿਊ ਕਹਿ ਕੇ کہہ ਰਿਹਾ ਵੀ ਮੈਂ ਤਾਂ ਉੱਥੇ ਹੈਗਾ ਹੀ ਨਹੀਂ ਮਿੰਨੋ ਤੇ ਫੜਿਆ ਹੀ ਨਹੀਂ ਆ ਕੋਈ ਕੋਈ ਸਵਾਲ ਚੱਕ ਰਿਆ ਸੀ ਵੀ ਡਿਟੇਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਕੋਈ ਕਹਿੰਦੇ ਜੀ ਅਰੈਸਟ ਕਰ ਲਿਆ ਕਦੇ FBI ਇਨਵੋਲਵ ਕਰ ਲਈ ਕਦੇ ਕੈਲੀਫੋਰਨੀਆ ਪੁਲਿਸ ਆਖੀ ਜਾਂਦੇ ਆ ਜਦ ਕਿ ਕੈਲੀਫੋਰਨੀਆ ਪੁਲਿਸ ਨਹੀਂ ਇੱਥੇ ਜਿਹੜੀ ਸਿਟੀ ਦੀ ਪੁਲਿਸ ਹਰ ਇੱਕ ਦੀ ਵਕਵਕਰੀ ਹੁੰਦੀ ਆ ਜਾਂ ਸ਼ੈਰਿਫ ਡਿਪਾਰਟਮੈਂਟ ਹੁੰਦਾ ਆ ਉਹ ਇਦਾਂ ਨਹੀਂ ਆ ਕਿ ਸਟੇਟ ਦੀ ਕੋਈ ਓਵਰਆਲ ਪੂਰੀ ਪੁਲਿਸ ਜਿਹੜੀ ਉਹ ਨਹੀਂ ਹੁੰਦੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਹੋਈਆਂ ਬਹੁਤ ਮੰਦ ਭਾਗੀਆਂ ਜਿਹੜੀਆਂ ਇਹ ਗੱਲਾਂ ਆ ਤੇ ਇਹ ਤਾਰਾ ਦੇਖੋ ਪਤਾ ਨਹੀਂ ਕਿੱਥੇ ਦੀਆਂ ਕਿੱਥੇ ਜੁੜ ਰਹੀਆਂ ਆ ਉਹ ਪਰਿਵਾਰ ਦੇ ਨਾਲ ਵੀ ਕੋਝਾ ਮਜ਼ਾਕ ਤੇ ਮੈਨੂੰ ਤੇ ਮੁੱਖ ਮੰਤਰੀ ਦੇ ਬਿਆਨ ਦੇ ਉੱਤੇ ਅਜੇ ਤੱਕ ਕਿ ਸਵਾਲ ਆ ਰਹੇ ਆ ਵੀ ਉਹ ਉਹ ਉਹਦੇ ਪਿੱਛੇ ਕਾਰਨ ਕੀ ਸੀਗਾ ਜਿਹੜਾ ਭਗਵੰਤ ਮਾਨ ਨੂੰ ਜਿਹੜਾ ਉਹ ਬਿਆਨ ਦੇਣਾ ਪੈ ਗਿਆ ਬਿਲਕੁਲ ਫਿਰ ਉਹ ਉਹ ਹੀ ਮੀਡੀਆ ਜਿਹੜਾ ਉਹ ਖਾਲਸਤਾਨੀ ਜਥੇਬੰਦੀਆਂ ਦੇ ਨਾਲ ਜੋੜ ਦਿੰਦਾ ਸਿੱਖਾਂ ਨੂੰ ਉਹਨੇ ਬਦਨਾਮ ਕਰਨਾ ਹੀ ਹੁੰਦਾ ਕਿਸੇ ਨਾ ਕਿਸੇ ਫਿਗਲ ਦੇ ਚੱਕੇ ਵਿੱਚ ਲੋ ਜੀ ਆ ਆ ਜਥੇਬੰਦੀ ਨੇ ਆ ਕੀਤਾ ਇਹਨਾਂ ਨੇ ਕੇਸ ਕੀਤਾ ਇਹਨਾਂ ਨੇ ਉੱਥੋਂ ਕੈਨੇਡਾ ਤੋਂ ਲਿਆਂਦਾ ਹੈਗਾ ਇਹ ਬਹੁਤ ਮਾੜੀ ਗੱਲ ਹੈਗੀ ਆ ਸੋ ਇਹਦਾ ਇਕਵਲਟਰਨੇਟਿਵ ਆ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ ਵੀ ਭਾਈ ਜਿਹੜਾ ਤੁਸੀਂ মিডিਆ ਦੇਖਦੇ ਕੋਈ ਵੀ ਉਹ ਦੇਖੋ ਵੀ ਇਹ ਕਿਦਾਂ ਦੀਆਂ ਖਬਰਾਂ ਲਾਂਦੇ ਹੈਗੇ ਆ ਹਨ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹਨਾਂ ਦਾ ਤਾਂ ਅੱਜ ਕੱਲ ਆਹ ਹਾਲ ਬਣਿਆ ਆ ਵੀ ਬਿਨਾ ਕਿਸੇ ਗੱਲ ਤੇ ਝੂਠੇ ਫਲਾਈ ਚੋ